ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਚਾਲ ਆ ਵੀਰ? ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ। ਅਤੇ ਆਪਣੀ ਕੁੱਕੜੀ ਜਿਹੜੀ ਸੀਗੀ, ਸੀਲ ਦੇ ਥੱਲੇ ਆਪਾਂ ਆਂਡੇ ਰੱਖੇ ਸੀਗੇ, ਅਤੇ ਉਹ ਆਪਣੀ ਕੁੱਕੜੀ ਨੇ ਆਂਡੇ ਕੁਛ ਭੰਨਤੇ ਸੀ ਵਿੱਚੋਂ, ਅਤੇ ਦੋ ਆਂਡੇ ਰਹਿ ਗਏ ਸੀਗੇ ਵਿੱਚ ਖੁੱਡੇ ਦੇ ਪਏ ਰਹੇ। ਅਤੇ ਹੁਣ ਕੁੱਕੜੀ ਦੁਬਾਰੇ ਫਿਰ ਉਹਨਾਂ ਆਂਡਿਆਂ ਦੇ ਉੱਪਰ ਬੈਠ ਗਈ ਹੈ, ਅਤੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਅੱਜ ਮੈਂ ਆਂਡੇ ਹੋਰ ਲੈ ਕੇ ਆਇਆ, ਅਤੇ ਉਹ ਆਪਾਂ ਕੁੱਕੜੀ ਦੇ ਥੱਲੇ ਰੱਖਾਂਗੇ, ਅਤੇ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਂਦੇ ਹਾਂ ਕਿਵੇਂ ਆਂਡੇ ਰੱਖਣੇ ਆ। ਅਤੇ ਪਹਿਲਾਂ ਥੋੜ੍ਹਾ ਜਿਹਾ ਕੱਚਾ ਸੀਗਾ ਸੇਵਾ, ਇਸ ਕਰਕੇ ਇਹਨੇ ਆਂਡੇ ਭੰਨਤੇ। ਇਹਨੂੰ ਕਈ ਆਪਾਂ ਸੇਵਾ ਕਹਿ ਦਿੰਦੇ ਪੰਜਾਬੀ ਦੇ ਵਿੱਚ, ਕਈ ਇਹਨੂੰ ਕੁੜਕ ਵੀ ਕਹਿ ਦਿੰਦੇ। ਕੁੜਕ ਹੋ ਗਈ ਕੁਕੜੀ, ਆਪਾਂ ਕਹਿ ਦਿੰਦੇ ਸੇਵਾ ਮੰਗ ਲਿਆ। ਅਤੇ ਤੁਹਾਨੂੰ ਦਿਖਾਉਂਦੇ ਕੁਕੜੀ। ਹਾਂਜੀ, ਆਹ ਲਿਆਂਦੇ ਆਪਾਂ ਹੁਣ ਤਾਜ਼ੇ ਆਂਡੇ, 15 ਆਂਡੇ ਲਿਆਂਦੇ ਆ, ਅਤੇ ਆਪਣੇ ਪਿੰਡ ਇੱਥੇ ਆਪਣੇ ਰੱਖੇ ਹੋਏ ਆ ਇੱਕ ਘਰ ਦੇ ਕੁੱਕੜ, ਅਤੇ ਉਹਨਾਂ ਤੋਂ ਲਿਆਂਦੇ 15 ਆਂਡੇ ਆਹ ਆਪਾਂ। ਇਹਨੂੰ ਹੁਣ ਆਪਾਂ ਕੁੱਕੜੀ ਦੇ ਥੱਲੇ ਰੱਖਾਂਗੇ, ਅਤੇ ਤੁਹਾਨੂੰ ਦਿਖਾਉਂਦਾ ਮੈਂ ਕੁੱਕੜੀ। ਕੁੱਕੜੀ ਹੁਣ ਦੁਬਾਰੇ ਸੇਵੇ 'ਤੇ ਬੈਠ ਗਈ ਹੈ, ਅਤੇ ਪਹਿਲਾਂ ਇਹਨੇ ਸੇਵਾ ਛੱਡਤਾ ਸੀਗਾ ਕਿਉਂਕਿ ਕੱਚਾ ਸੀਗਾ ਸੇਵਾ ਇਸ ਕਰਕੇ। ਅਤੇ ਹੁਣ ਆਹ ਦੇਖੋ, ਇਹ ਦੁਬਾਰੇ ਸੇਵੇ 'ਤੇ ਬੈਠ ਗਈ। ਹੁਣ ਇਹ ਸਾਰਾ ਦਿਨ ਬੈਠੀ ਰਹਿੰਦੀ ਇੱਥੇ, ਅਤੇ ਹੁਣ ਇਹਨੂੰ ਬਾਹਰ ਕੱਢਦੇ ਹਾਂ। ਬਾਹਰ ਕੱਢ ਕੇ ਅਤੇ ਉਹ ਇਹਦੇ ਥੱਲੇ ਨਵੇਂ ਆਂਡੇ ਧਰਦੇ ਹਾਂ, ਉਹ ਪੁਰਾਣੇ ਆਂਡੇ ਚੱਕ ਦਾਂਗੇ ਕਿਉਂਕਿ ਉਹ ਪੁਰਾਣੇ ਆਂਡਿਆਂ ਨੂੰ ਪਿਆਉਣ ਨੂੰ ਕਾਫੀ ਟਾਈਮ ਹੋ ਗਿਆ, ਅਤੇ ਇਸ ਕਰਕੇ ਕਾਫੀ ਟਾਈਮ ਹੋ ਗਿਆ ਪਿਆਉਣ ਨੂੰ, ਅਤੇ ਇਸ ਕਰਕੇ ਉਹ ਆਂਡੇ ਖਰਾਬ ਹੋ ਗਏ ਹੋਣੇ ਆ। ਅਤੇ ਹੁਣ ਆਪਾਂ ਨਵੇਂ ਆਂਡੇ ਧਰ ਦਿੰਦੇ, ਨਵੇਂ ਆਂਡੇ ਧਰ ਕੇ ਇਹਨੂੰ ਥੋੜ੍ਹਾ ਜਿਹਾ ਟੋਆ ਬਣਾ ਦਾਂਗੇ ਥੱਲੇ, ਇਹਦੇ ਟੋਆ ਬਣਾ ਕੇ ਅਤੇ ਉਹਦੇ 'ਚ ਧਰ ਦਾਂਗੇ ਆਂਡੇ, ਅਤੇ ਬੈਠੀ ਰਹੂਗੀ ਵਧੀਆ। ਅਤੇ ਹੁਣ ਉਹ ਆਂਡੇ ਇਹਨੂੰ ਕੁੱਕੜੀ ਨੂੰ ਕੱਢਦੇ ਹਾਂ ਬਾਹਰ, ਦਾਣੇ ਦੂਣੇ ਪਾਉਂਦੇ ਹਾਂ। ਵੈਸੇ ਤਾਂ ਇਹਨੇ ਦਾਣੇ ਦੂਣੇ ਖਾਧੇ ਆ, ਅਤੇ ਪਰ ਇਹਨੂੰ ਫਿਰ ਵੀ ਬਾਹਰ ਕੱਢ ਕੇ, ਅਤੇ ਉਹ ਵੇਖੋ ਤੁਹਾਡੇ ਸਾਹਮਣੇ ਪਏ ਆਂਡੇ, ਉਹ ਦੋ ਇਹਨੂੰ ਬਾਹਰ ਕੱਢ ਕੇ, ਅਤੇ ਹੁਣ ਨਵੇਂ ਆਂਡੇ ਧਰਾਂਗੇ ਆਪਾਂ ਇਹਦੇ ਥੱਲੇ। ਹਾਂ ਦੇਖੋ, ਕੁੱਕੜੀ ਆਪਣੀ ਇਹ ਸੀਲ ਕੁੱਕੜੀ ਆਪਣੀ, ਅਤੇ ਜਿਹੜੇ ਆਂਡੇ ਆ ਉਹ ਥੋੜ੍ਹੇ ਦੂਸਰੇ ਦੇਸੀ ਦੇ ਆ ਕਿਉਂਕਿ ਸੀਲ ਕੁੱਕੜ ਆਪਾਂ ਨੂੰ ਮਿਲਿਆ ਨਹੀਂ ਗਾ। ਜੇ ਸੀਲ ਕੁੱਕੜ ਮਿਲ ਜਾਂਦਾ ਫਿਰ ਤਾਂ ਆਪਾਂ ਚਲੋ ਆਹਾ ਹੁਣ ਇਹਦੇ ਨਾਲ ਛੱਡ ਦਾਂਗੇ। ਕੋਈ ਆਪਾਂ ਸੀਲ ਕੁੱਕੜ ਲਿਆ ਗਏ, ਕੋਈ ਬੱਚਾ ਬੁੱਚਾ ਜਾਂ ਅਤੇ ਜਾਂ ਕੋਈ ਕੁੱਕੜ ਮਿਲ ਗਿਆ, ਕੁੱਕੜ ਇਹਨੇ ਫਿਰ ਥੋੜ੍ਹੇ ਦਿਨਾਂ ਬਾਅਦ ਦੂਸਰਾ ਸੇਵਾ ਮੰਗ ਲੈਂਦੀ ਕਿਉਂਕਿ ਸੀਲ ਕੁੱਕੜੀ ਹੈਗੀ ਜਿਹੜੇ ਬਹੁਤ ਛੇਤੀ ਸੇਵਾ ਮੰਗਦੇ ਇਹ। ਅਤੇ ਹੁਣ ਉਹ ਚੱਕਦੇ ਹਾਂ ਆਪਾਂ ਆਂਡੇ, ਇਹਨੂੰ ਕੱਢਦਾ ਮੈਂ ਬਾਹਰ, ਤੁਹਾਨੂੰ ਦਿਖਾਉਂਦਾ ਥੋੜ੍ਹਾ ਜਿਹਾ ਟੋਆ ਬਣਾ ਕੇ ਰੱਖਾਂਗੇ ਆਂਡੇ ਆਪਾਂ। ਲਓ ਜੀ, ਆਹ ਕੱਢ ਲਏ ਦੋ ਆਂਡੇ ਆਪਾਂ। ਇਹ ਆਂਡੇ ਇਸ ਕਰਕੇ ਕੱਢੇ ਆ ਦੋ ਆਪਾਂ ਜਿਹੜੇ ਪਹਿਲਾਂ ਰੱਖੇ ਸੀਗੇ, ਕਿਉਂਕਿ ਇਹਨੇ ਇਹਦੇ ਵਿੱਚੋਂ ਪਹਿਲਾਂ ਬੱਚੇ ਕੁਛ ਤਾਂ ਇਹ ਪਏ ਰਹੇ ਗਰਮੀ ਦੇ ਵਿੱਚ, ਅਤੇ ਕੁਛ ਇਹਨੇ ਜੇ ਸਹੀ ਵੀ ਹੁੰਦੇ ਆਂਡੇ ਇਹਨੇ ਪਹਿਲਾਂ ਬੱਚੇ ਕੱਢ ਲੈਣੇ ਸੀ ਇਹਦੇ ਵਿੱਚੋਂ, ਅਤੇ ਫਿਰ ਇਹਨੇ ਦੂਸਰੇ ਆਂਡਿਆਂ ਦੇ ਉੱਪਰ ਬੈਠਣਾ ਨਹੀਂ ਸੀਗਾ, ਅਤੇ ਫਿਰ ਦੋ ਆਂਡਿਆਂ 'ਚੋਂ ਦੋ ਬੱਚੇ ਕਢਾਉਣ ਦਾ ਕੋਈ ਤੁੱਕ ਨਹੀਂ ਸੀਗਾ, ਇਸ ਕਰਕੇ ਆਹ ਆਂਡੇ ਚੱਕ ਲਿਆ ਆਪਾਂ ਅਤੇ ਨਵੇਂ ਆਂਡੇ ਧਰਤੇ। ਨਵੇਂ ਆਂਡੇ ਵੇਖੋ ਤੁਸੀਂ, ਇਹ 15 ਆਂਡੇ ਆ ਨਵੇਂ, ਅਤੇ 15 ਆਂਡੇ ਇਸ ਕਰਕੇ ਰੱਖੇ ਵੀ ਚਲੋ ਸੇਵਾ ਤਾਂ ਬਿਠਾਉਣੀ ਕੁੱਕੜੀ, ਅਤੇ ਕੋਈ ਆਂਡੇ ਤਾਂ ਵਾਹਵਾ ਧਰ ਗਏ ਇਹਦੇ ਥੱਲੇ, ਇਸ ਕਰਕੇ ਫਿਰ ਆਪਾਂ ਇਹ 15 ਆਂਡੇ ਧਰੇ ਇਹਦੇ ਥੱਲੇ। ਅਤੇ ਹੁਣ ਇਹਨਾਂ ਦੇ ਉੱਪਰ ਬੈਠਣ ਲੱਗ ਜੂਗੀ, ਅਤੇ ਫਿਰ 20-21 ਦਿਨਾਂ ਬਾਅਦ 21 ਦਿਨਾਂ ਬਾਅਦ ਇਹ ਬੱਚੇ ਕੱਢ ਲੂਗੇ ਜੇ ਆਂਡੇ ਨਾ ਖਰਾਬ ਹੋਣ ਤਾਂ। ਪਰ ਆਂਡੇ 100% ਚਾਂਸ ਆ ਨਹੀਂ ਖਰਾਬ ਹੁੰਦੇ ਗੇ ਕਿਉਂਕਿ ਇਹ ਦੂਸਰਾ ਕੁੱਕੜ ਹੁੰਦੇ ਜਿਹੜੇ, ਮਸ਼ੀਨ ਦੀ ਗੱਲ ਹੋਰ ਹੁੰਦੀ ਹੈ, ਜਿਹੜੇ ਕੁੱਕੜਾਂ ਨੇ ਆਪਦੀ ਆਪਾਂ ਆਂਡੇ ਕੱਢਣੇ ਇਹ ਗੱਲ ਹੋਰ ਹੁੰਦੀ ਹੈ। ਅਤੇ ਹੁਣ ਆਪਾਂ ਇਹਨਾਂ ਨੂੰ ਚੱਕ ਕੇ ਸਿੱਟ ਦਾਂਗੇ, ਅਤੇ ਆਹ ਆਂਡਿਆਂ ਨੂੰ ਦੋਨਾਂ ਨੂੰ ਇਹਨਾਂ ਨੂੰ ਚੱਕ ਕੇ ਆਪਾਂ ਸਿੱਟ ਦਾਂਗੇ, ਅਤੇ ਉਹ ਆਂਡਿਆਂ ਨੂੰ ਰੱਖਤਾ, ਅਤੇ ਕੁੱਕੜੀ ਆਪਣੀ ਉਹ ਫਿਰਦੀ ਇੱਧਰ ਇੱਥੇ ਖਾਂਦੀ ਖੁੰਦੀ, ਅਤੇ ਹੁਣ ਇਹ ਆਊਗੀ ਇੱਥੇ ਬੈਠ ਜੂਗੀ ਨਾਲੇ ਤਾਂ ਸੇਵੇ 'ਤੇ, ਨਾਲੇ ਦੂਸਰਾ ਇਹ ਆਪਣੇ 20-21 ਦਿਨਾਂ ਬਾਅਦ ਰੌਣਕ ਲੱਗ ਜੂਗੀ। ਹੁਣ ਵੇਖਦੇ ਆਪਾਂ ਕੁੱਕੜੀ ਬਹਿੰਦੀ ਹੈ ਕਿ ਚਲੋ, ਜਿੰਨਾ ਚਿਰ ਕੁੱਕੜੀ ਬਾਹਰ ਫਿਰਦੀ ਹੈ ਉਨਾ ਟਾਈਮ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਂਦਾ। ਇਹ ਆਹ ਦੇਖੋ, ਆਪਣੇ ਘਰ ਨਵੇਂ ਮਹਿਮਾਨ ਆਏ ਆ, ਇਹ ਨਿੱਕੇ ਨਿੱਕੇ ਬੱਚੇ ਕੱਢੇ ਆ ਉਹਨੇ, ਦੂਸਰੀ ਨੇ ਜਿਹੜੀ ਕਾਲੀ ਚਿੜੀ ਵੱਜਦੀ ਉਹਨੇ, ਅਤੇ ਪਰ ਬੱਚੇ ਬੜੇ ਕੱਢੇ ਨੇ, ਤਿੰਨ ਤਾਂ ਵੱਡੇ ਆ, ਤਿੰਨ ਕੱਲ੍ਹ ਮੈਂ ਤਿੰਨ ਵੇਖੇ ਸੀਗੇ, ਅਤੇ ਅੱਜ 4 ਹੋਏ ਪਏ ਆ। ਇਹ ਮਤਲਬ 4-5 ਆਂਡੇ ਦਿੰਦੀਆਂ ਇਹ ਚਿੜੀਆਂ, ਅਤੇ ਅੱਜ 4 ਬੱਚੇ ਹੋਏ ਪਏ ਆ। ਅਤੇ ਆਹ ਆਪਣੇ ਤੂੜੀ ਵਾਲਾ ਕਮਰਾ ਹੈ, ਅਤੇ ਆਹ ਦੇਖੋ ਇੱਥੇ ਵਾਢੇ ਬਣੇ ਆ, ਆਹ ਪੈੜਾਂ ਪੂੜਾਂ ਲਾਉਂਦੇ ਆ ਨਾ ਮਿਸਤਰੀ, ਅਤੇ ਆਹ ਮੋਰਾ ਬਣਿਆ ਸੀਗਾ ਇੱਥੇ, ਅਤੇ ਇੱਥੇ ਤੂੜੀ ਪਈ ਸੀ ਆਪਣੀ,
ਤੇ ਕੱਲ ਮੈਂ ਇੱਥੋਂ ਤੂੜੀ ਪਾਉਣ ਲੱਗਿਆ ਤੇ ਇੱਥੇ ਆਂਡਾ ਡਿੱਗਿਆ ਪਿਆ ਸੀਗਾ, ਹਰਾ ਜਿਹਾ ਆਂਡਾ ਸੀਗਾ ਆ ਪਿਆ। ਇਹ ਆਹ ਦੇਖੋ, ਆਹ ਅੰਡਾ ਪਿਆ ਹਰਾ ਆ, ਤੇ ਇਹ ਆਂਡਾ ਡਿੱਗਿਆ ਪਿਆ ਸੀਗਾ ਕੱਲ, ਤੇ ਫਿਰ ਉਹਦੇ ਵਿੱਚੋਂ ਦੂਸਰਾ ਮੈਂ ਵੇਖਿਆ, ਮੈਂ ਕਿਹਾ ਯਾਰ ਪਤਾ ਨਹੀਂ ਕੀ ਚੀਜ਼ ਨਿਕਲੀ ਹੈ, ਤੇ ਫਿਰ ਵੇਖਿਆ ਤਾਂ ਬੱਚੇ ਸੀਗੇ ਕੁਕੜੀ ਆਪਣੀ ਖੁੱਡੇ ਜਾਵੜੀ ਹੈ, ਤੇ ਦੇਖਦੇ ਹੁਣ ਇਹ ਆਂਡਿਆਂ 'ਤੇ ਬਹਿੰਦੀ ਹੈ ਕਿ ਨਹੀਂ। ਉਹ ਦੇਖੋ ਗੇਟ ਦੇ ਵਿੱਚ ਖੜੀ ਕੁਕੜੀ, ਅਤੇ ਹੁਣ ਲੱਗ ਜੂ ਪਤਾ ਕੀ ਬਣਦਾ, ਆਂਡਿਆਂ 'ਤੇ ਬੈਠਦੀ ਆ ਜਾਂ ਨਹੀਂ। ਮੈਂ ਤਾਂ ਕਹਿੰਦਾ ਰੱਬ ਕਰਕੇ ਆਂਡਿਆਂ 'ਤੇ ਬੈਠ ਜੇ ਕੁਕੜੀ, ਤਾਂ ਫਿਰ 15 ਆਂਡੇ ਆ, 15 ਦੇ 15 ਹੀ ਬੱਚੇ ਨਿਕਲੇ ਹੁਣ, ਅਤੇ ਨਜ਼ਾਰਾ ਹੀ ਆ ਜੂਗਾ, ਨਾਲੇ ਆਪਣਾ ਸ਼ੌਂਕ ਪੂਰਾ ਹੋ ਜੂਗਾ ਕੁੱਕੜਾਂ ਵਾਲਾ। ਅਤੇ ਹੁਣ ਆਹ ਆਪਣੀਆਂ ਪੱਠਾਂ ਹੀ ਆ, ਆਹ ਪੱਠਾਂ ਆਪਣੀਆਂ, ਹੁਣ ਇਹ ਤਾਰਾਂ ਹੀ ਕਰੀ ਜਾਂਦੀਆਂ, ਅਤੇ ਇਹ ਬਈ ਦੂਸਰਾ ਹੁਣ ਇਹ ਬੰਨ ਨੂੰ ਤਿਆਰ ਆ। ਬਰੀਡਰ ਬੱਕਰਾ ਜਿਹੜਾ ਉਹ ਪਾਲਦੀਆਂ ਇਹ, ਅਤੇ ਬਰੀਡਰ ਬੱਕਰਾ ਆਪਣੇ ਕੋਲ ਹੈ ਨਹੀਂ, ਮੈਂ ਕਹਿੰਦਾ ਹਜੇ ਥੋੜ੍ਹੀਆਂ ਛੋਟੀਆਂ, ਇਹ 4-4 ਮਹੀਨਿਆਂ ਦੀਆਂ ਹੋਈਆਂ, ਅਤੇ ਪਰ ਜੇ ਅੱਜ ਆਪਣੇ ਕੋਲ ਬਰੀਡਰ ਬੱਕਰਾ ਹੋਵੇ ਤਾਂ ਇਹ ਅੱਜ ਹੀ ਬਣ ਜਾਣ। ਇਸ ਕਰਕੇ ਮੈਂ ਇਹਨਾਂ ਨੂੰ ਦੂਸਰਾ ਵੀ ਜ਼ਿਆਦਾ, ਮੈਂ ਕਹਿੰਦਾ ਥੋੜ੍ਹੀਆਂ ਹੀ ਹੋਰ ਵੱਡੀਆਂ ਹੋ ਜਾਣ ਤਾਂ ਫਿਰ ਚਲੋ ਵਧੀਆ ਸੌਖਾ ਹੋ ਜੂਗਾ। ਅਤੇ ਕੁਕੜੀ ਆਪਣੀ ਗੇੜੇ ਕੱਢੀ ਜਾਂਦੀ ਹੈ, ਉਹ ਉੱਥੇ ਦੇਖਦੇ ਹਾਂ ਬੈਠਦੀ ਹੈ ਕਿ ਨਹੀਂ, ਦੇਖ ਸਕਦੇ ਹੋ ਤੁਸੀਂ ਅੰਦਰ ਕੁਕੜੀ ਗੇੜੇ ਕੱਢੀ ਜਾਂਦੀ ਹੈ, ਉਹ ਵੇਖੋ ਪਾਸੇ ਪਾਸੇ ਗੇੜੇ ਕੱਢੀ ਜਾਂਦੀ ਹੈ, ਅਤੇ ਬੈਠ ਜੇ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਆ, ਨਜ਼ਾਰਾ ਹੀ ਆ ਜੂਗਾ ਫਿਰ ਤਾਂ। ਸ਼ਾਇਦ ਆਂਡੇ ਸੈੱਟ ਕਰਦੀ ਉਹ, ਤੁਹਾਨੂੰ ਦੇਖਦੀ ਹੋਊਗੀ ਕਿ ਨਹੀਂ, ਨਹੀਂ ਦੇਖਦੀ ਗੀ ਕਿਉਂਕਿ ਦੂਸਰਾ ਜ਼ਿਆਦਾ ਆ ਨਾ ਅੰਦਰ ਹਨੇਰਾ। ਅਤੇ ਹੌਲੀ ਹੌਲੀ ਸੈੱਟ ਕਰ ਲਊਗੀ, ਆਂਡੇ ਆਪਦੇ ਥੱਲੇ ਕਰ ਲਊਗੀ, ਅਤੇ ਹੁਣ ਵਧੀਆ ਬੈਠੀ ਆ ਆਂਡਿਆਂ 'ਤੇ। ਇਹ ਆਪਣੀਆਂ ਜਿਹੜੀਆਂ ਪੱਠਾਂ ਖੁੱਲ੍ਹੀਆਂ ਫਿਰਦੀਆਂ ਉਹ ਥੋੜ੍ਹਾ ਜਿਹਾ ਖਰਾਬ ਕਰਦੀਆਂ ਹੁੰਦੀਆਂ, ਅਤੇ ਇਸ ਕਰਕੇ ਆਪਾਂ ਮੂਹਰੇ ਆਹ ਪਰੜਾ ਲਾਤਾ ਇਹਦੇ, ਅਤੇ ਹੁਣ ਬਈ ਨਹੀਂ ਤਾਂ ਉਹ ਪੱਠਾਂ ਵਿੱਚ ਵੜ ਜਾਂਦੀਆਂ ਖੁੱਡੇ ਦੇ ਵਿੱਚ ਵੜ ਕੇ, ਫਿਰ ਕੁਕੜੀ ਭੱਜ ਕੇ ਬਾਹਰ ਨਿਕਲ ਆਉਂਦੀ ਹੈ। ਇਸ ਕਰਕੇ ਹੁਣ ਆਪਾਂ ਸੁਬਹਾ ਸ਼ਾਮ ਹੀ ਇਹਨੂੰ ਚੱਕਿਆ ਕਰਾਂਗੇ, ਸੁਬਹਾ ਸ਼ਾਮ ਚੱਕ ਕੇ ਅਤੇ ਖੋਲ੍ਹਦਿਆ ਕਰਾਂਗੇ ਇਹਨੂੰ, ਇਹਨੇ ਜਿਹੜਾ ਆਪਦਾ ਦਾਣਾ ਪਾਣੀ ਖਾਣਾ ਹੋਇਆ ਤਾਂ ਖਾ ਲਿਆ ਕਰੂਗੀ, ਅਤੇ ਦੂਸਰਾ ਨਹੀਂ ਤਾਂ ਇਹ ਇਹਨਾਂ ਨੇ ਆਂਡੇ ਭੰਨ ਦੇਣੇ ਸੀ, ਵਿੱਚ ਵੜ ਜਾਂਦੀਆਂ ਇਹ ਆਪਣੇ ਜਿਹੜੀਆਂ ਪੱਠਾਂ ਛੋਟੀਆਂ। ਅਤੇ ਤੁਹਾਨੂੰ ਮੈਂ ਉਹਨਾਂ ਦਾ ਕਰਾਉਂਦਾ ਸ਼ੌਂਕ ਬੱਕਰੀਆਂ ਦਾ ਆਪਣੀਆਂ ਦਾ। ਲਓ ਜੀ ਆ ਰਿਹਾ ਉਹ ਬਠੋਰਾ ਜਿਹੜੇ ਦੀ ਸਾਰੇ ਭਰਾਵਾਂ ਨੇ ਵੀਡੀਓ ਵੇਖੀ ਸੀਗੀ, ਅਤੇ ਹੁਣ ਇਹ ਵਧੀਆ ਹੋ ਗਿਆ, ਅਤੇ ਕੱਦ ਕੁੱਦ ਚੰਗਾ ਕਰੂਗਾ ਇਹ ਵੀ। ਆ ਇਸ ਬੱਕਰੀ ਦਾ ਇਹ ਬੱਕਰੀ ਥੋੜ੍ਹੀ ਜਿਹੀ ਦੇਸੀ ਟੱਚ 'ਚ ਆ ਜਾਂਦੀ ਹੈ, ਅਤੇ ਆਹ ਪੱਠਾਂ ਵਿੱਚ ਵੜਦੀਆਂ ਉਹਦੇ 'ਚ ਖੁੱਡੇ 'ਚ, ਅਤੇ ਇਸ ਕਰਕੇ ਹੁਣ ਖੁੱਡਾ ਬੰਦ ਕਰਤਾ ਆਪਾਂ ਮੂਹਰੋਂ। ਅਤੇ ਆਹ ਬੱਕਰੀ ਆਪਣੀ ਬਸ 1-2 ਦਿਨਾਂ ਨੂੰ ਸੂਕੂਗੀ, ਆਹ ਮਗਰ ਉਹਦੀ ਪੱਠ ਉਹ ਵੀ ਸੂਣ ਵਾਲੀ ਹੈ, ਅਤੇ ਆਹ ਬੱਕਰੀ ਵੀ ਬਣੀ ਹੋਈ, ਆਹ ਵੀ ਬਣੀ ਹੈ, ਅਤੇ ਆਹ ਵੀ ਸੂਣ ਵਾਲੀ, ਆਹ ਵੀ ਸੂਣ ਵਾਲੀ, ਦੋਨੇ ਸੂਣ ਵਾਲੀਆਂ ਇਹ ਵੀ, ਅਤੇ ਇਹ ਵੀ ਕਿਰਾਂ ਦਾ ਸਾਰੇ ਜਾਨਵਰ ਫਿੱਟ ਆ। ਹੁਣ ਗਰਮੀ ਬਹੁਤ ਹੋ ਗਈ ਇਸ ਕਰਕੇ ਆਪਾਂ ਪੱਖਾ ਚਲਾ ਤਾ ਇਹਨਾਂ ਦੇ ਉੱਪਰ, ਅਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੁਣ, ਅਤੇ ਹੁਣ 40-41 ਟੈਂਪਰੇਚਰ ਰਹਿੰਦਾ ਹਜੇ, ਵਿਸਾਖ ਆਇਆ ਨਹੀਂ ਗਾ, ਵਿਸਾਖ ਦੇ ਮਹੀਨੇ ਦੇ ਵਿੱਚ 4-5 ਦਿਨ ਪਏ ਚੜ੍ਹਨ ਦੇ ਵਿੱਚ ਵਿਸਾਖ, ਅਤੇ ਨਹੀਂ ਤਾਂ ਅੱਗੇ ਵਿਸਾਖ ਦੇ ਵਿੱਚ ਇੰਨੀ ਗਰਮੀ ਨਹੀਂ ਹੁੰਦੀ ਹੁੰਦੀ ਸੀਗੀ। ਵਿਸਾਖ 'ਚ ਅੱਗੇ ਲੋਕ ਕਣਕਾਂ ਵੱਢਣ ਲੱਗਦੇ, ਹੁਣ ਤਾਂ ਮੈਨੂੰ ਲੱਗਦਾ ਕਣਕਾਂ ਅੱਜ ਸਾਡੇ ਪਿੰਡ ਦੇ ਵਿੱਚ 2 ਦਿਨਾਂ ਦੇ ਵਿੱਚ ਕਣਕ ਵੱਢੀ ਜਾਊਗੀ ਆਪਣੇ ਪਿੰਡ, ਅਤੇ ਮੈਨੂੰ 10 ਦਿਨਾਂ ਦੇ ਵਿੱਚ ਸਾਡਾ ਪਿੰਡ ਤੂੜੀ ਤਾੜੀ ਬਣਾ ਕੇ ਅਤੇ ਨੱਕੀ ਹੋ ਜਾਊਗਾ ਸਾਰਾ ਕੁਛ। ਅਤੇ ਆਹ ਵੀ ਪੱਠਾਂ ਹੀਟ ਦੇ ਵਿੱਚ ਆਈਆਂ, ਪਰ ਇਹਨਾਂ ਨੂੰ ਹਜੇ ਠਹਿਰ ਕੇ ਕ੍ਰੋਸ ਕਰਾਵਾਂਗੇ, ਇਹ ਤਾਰਾਂ ਕਰ ਰਹੀਆਂ। ਬਰੀਡਰ ਬੱਕਰਾ ਆਪਣੇ ਕੋਲ ਹੈ ਨਹੀਂ ਗਾ, ਅਤੇ ਬਰੀਡਰ ਲਿਆਵਾਂਗੇ ਆਪਾਂ, ਮੇਰਾ ਤਾਂ ਇਰਾਦਾ ਇਹਨੂੰ ਰੱਖਣ ਦਾ, ਜਾਂ ਉਹ ਬੱਕਰੀ ਸੂਈ ਆਪਣੀ ਤਾਂ ਉਹਦਾ ਰੱਖਾਂਗੇ ਬਰੀਡਰ। ਆਹ ਦੇਖੋ ਖੜੀ ਹੋ ਕੇ ਕਿਵੇਂ ਲੱਛਣ ਕਰਦੀ, ਆਹ 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 ਅਤੇ ਜਾਂ ਉਹ ਬੱਕਰੀ ਸੂਈ ਉਹ ਵੀ ਆਪਣੀ ਪਿਓਰ ਹੈ, ਉਹ ਵੀ ਇਹ ਜਿਹੜੇ ਬੱਕਰੇ ਦਾ ਆਹ ਬੱਚਾ ਉਸੇ ਤੋਂ ਬਣੀ ਹੋਈ ਹੈ, ਉਸੇ ਬੱਕਰੇ ਤੋਂ ਹੀ ਉਹ ਵੀ। ਅਤੇ ਪਰ ਜੇ ਪਹਿਲਾਂ ਤਾਂ ਮੇਰਾ ਇਹਨੂੰ ਇਰਾਦਾ ਸੀਗਾ, ਇਹ ਥੋੜ੍ਹਾ ਜਿਹਾ ਦੇਸੀ, ਇਹਦੇ ਕੰਨ ਵੱਡੇ ਆ, ਇਹ ਪਿਓਰ ਬਰਬਰੀ 'ਚ ਨਹੀਂ ਆਉਂਦਾ ਗਾ, ਇਹਦੇ ਕੰਨ ਵੱਡੇ ਹੋਣ ਕਰਕੇ, ਅਤੇ ਇਹਨੂੰ ਆਪਾਂ ਮੈਂ ਕਿਹਾ ਫਿਰ ਨਸਲ ਖਰਾਬ ਹੋ ਜੂਗੀ,
इस करके तो मेरा इरादा भी उस बकरी का रखांगे आपां। वो बकरी भी सोहनी है तो यह बनी भी बर्बरी तो प्योर तो ये फादर तो ही बनी है चिट्टे रंग वाला ही सी वो भी बकरा। हुण आ भी सारियां एको तो बनिया सारियां अपनियां बकरियां। अज दो बच्चे उड़ाए सीगे कबूतरां दे ते एक तो उपर बैठा है ते बाकी एक आके बैठ गया सीगे विच। शौक कबूतरां दा एक दा पहला ही आ गया छतरी ते बैठ गया सीगा ते आ वाला बच्चा आहा एक ये उड़ाया सी एक दूसरा बच्चा जिहड़ा उपर बैठा वो उड़ाया सीगा ते आ जिहड़े आपां फड़े सीगे कबूतर चार उहनां दे विचों एक आ जोड़ा सीगा आ कबूतरी है ते आ कबूतर है ते इह जिहड़ा आ कबूतरी इहने अंडा ला लिया एक इहने अंडा ला के आपदा दे दूसरा जिहड़े आ कबूतर आ उपर बैठा ते एक ओह बच्चा उहदी फंघ पटाई देती आपां ते इहदे नाल दा जिहड़ा बच्चा सीगा एक होर चार फड़े सीगे आपां ओह उड गया ते ओह उड के ते उहनूं उड़ाया सीगा मैं ओह वापस नहीं आएगा ते दूजे अपने जानवर जमा फिट आ जिहड़े आपां फड़ी सीगी ये कबूतरी है एक कबूतर हजे पर छोटा बच्चा ही है ये तो लग जी थोड़े दिन तक पता टाइम तक। तो ये कई भरा कहिंदे सीगे वी ये मैं टैडी लिखिया सीगा उपर वीडियो दे ते कई भरावां ने बहुत इतराज जताया भी ये टैडी नहीं गा पर ये टैडी तो मैनू भी पता भी प्योर टैडी नहीं है प्योर टैडी बॉस्की अखां दे हुंदे आ ते पर यह की है ये कलियां इहदी अखां ही है जिहड़ियां भी खट्टियां हो गई ते बाकी ये दे वेच सारे दूसरा गुण टैडी वाले आ वेख सकते तुसीं धौण भी जमां काली टैडी वांगू है ते पूछ भी पिछों ते बाकी सारे दूसरा टैडी टच ही है ये वेच ते बाकी आपां नूं कहिड़ा भी आपां वेचना हैगा इहनूं भी जिहड़ा आपां लोकां नाल जदाई करिए भी यार ये टैडी है तुसीं कहो यार नहीं टैडी मैं कहां टैडी है अपनी जदाई है नहीं इस चीज़ ते चलो नहीं तां अपने फिरदा खुडे दे वेच आपां नूं की दिक्कत है ना ये बच्चे कढ लूगा तो उड़ा के वेख लें जो चंगे बच्चे उड़ते हुए तो फिर तरूगा अपना की लेंदा तो एक वो फड़िया सी आपां प्लास्टिक दियां झांजर वाला तो खट्टी रंग लग्या सी उहनूं लड्डूआ जिहा तो वह भी बहुत वधिया कबूतर है तो आ बाकी सारे फिट आ कबूतर अपने वधिया दूसरा दाणा पानी खांदे आ तो किसी प्रकार की कोई दिक्कत नहीं इन्हां नूं। ते दूजा थोनू मैं छोटे बच्चे दिखाउंदा जिहड़े इन्हां दे आ इधर बच्चे कढ रखे इक ने दा आ देखो आ इस दे भरा दे कबूतर दे जिहड़े इधर बच्चे बैठे आ ते जिहड़े आ बच्चे आ इहदे भरा आ दो बच्चे तैयार होण वाले बस हुण होर थोड़े दिन वधिया फंघ फुंघ आ गए इन्हां दे ते होर थोड़े दिनां नूं बाहर निकलण लग जाणगे इह ते इह वी बच्चे चंगे आ बच्चे अपने को खैर कबूतरां दे सारे चंगे उड़दे आ ते दूसरा आ देखो आ दसो हुण तुसीं टैडी टच है या नहीं इहदे विच हुण क्लीयर सारे भरावां नूं नज़र आउंदा ते हुण दस्सो इहदे विच क्योंकि जिहड़े अपने इंडिया दे विच कालसिरे हैगे आ उह होर टाइप दे हुंदे आ ते आ देखो जिवें आ अपने कालसिरे ते आ वाले आह अपने इधर के काल सिरे है ये होर टाइप के होंगे तो आह होर टाइप का जानवर है ये बहुत फर्क है दिन रात का ही फर्क है इन्हों के आ दूसरा जो पहला फड़िया से आप प्लास्टिक झांजर वाला यदि चार झांजर से ये दो एक एक साइड से दो झांजर से ये ला दो मैं ला के ये पाती दो झांजर तो वे दो ही रह गई है ना बड़ा भारा होया खड़ा से तुरन के थोड़ी दिक्कत आँदी सी उन्होंने इस करके मैं फिर इहदियां ला के इहदे पा दियां ते बाकी ओके जी धन्नवाद सारे वीरां दा वीडियो किवें लगी कमेंटां दे विच जरूर दस्सिओ धन्नवाद जी।